जिहड़ा फतवा आया खिड़े मत्थे परवाना ते दूजा जितने वालों वधाइयां बई जिन्ने भी पंजाब दे विच उम्मीदवार जितते आ सब नूं वधाइयां। ते मैं अगली गल जिहड़ी करनी चाहुंदा कि हल्के दे लोकां लई खास करके कि 28,000 वोट तुसीं दित्ती आ ते मैं तुहाडा तहे दिलों धन्नवाद करदा कि 28,000 वोट तुसीं एक आजाद इंसान नूं एक सोच नूं समर्पित होकर 28,000 बंदा जनाल खड़ा ਸੋਡਾ ਬਾਈ ਤਹਿ ਦਿਲਾਂ ਪੂਰੇ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਆ। ਅਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹੂੰਗਾ, ਜਦੋਂ ਮਰਜ਼ੀ ਆਵਾਜ਼ ਮਾਰ ਲਿਓ, ਨੰਬਰ ਤੁਹਾਡੇ ਕੋਲ ਮੇਰਾ ਹੈਗਾ, ਜਦੋਂ ਮਰਜ਼ੀ ਆਵਾਜ਼ ਮਾਰ ਲਿਓ ਅੱਧੀ ਰਾਤ ਨੂੰ ਤੁਹਾਡੇ ਕੋਲ ਹਾਜ਼ਰ ਹੋਊਂਗਾ ਕਿਸੇ ਵੀ ਕੰਮ ਕਰ ਲਈ। ਲੜਦੇ ਤਾਂ ਆਪਾਂ ਰਹਿਣਾ ਹੀ ਆ। ਦੇਖੋ ਜੋ ਪੰਜਾਬ ਦੇ ਮਸਲੇ ਨੇ ਆਪਾਂ ਪਹਿਲਾਂ ਵੀ ਇੱਕੋ ਗੱਲ ਕਹੀ ਸੀ ਕਿ ਗੱਲ ਜਿੱਤਾਂ ਹਾਰਾਂ ਦੀ ਨਹੀਂ ਹੈਗੀ, ਜਿੱਤ ਗਏ ਜਾਂ ਹਰਜ ਗਏ मसले पंजाब दे ने, मुद्दे पंजाब दे ने, उन्हां दे उत्ते लड़ना है। पहलां भी लड़दे सी, अज भी लड़दे आ, ते आउण वाले समें च भी लड़दे रहना। अगली गल मैं जिहड़ी कहनी चाहुंदा उह इह आ कि वधाइयां भवंत मान नूं आ कि तुहाडी सरकार बन गई आ, बहुत वड्डा बहुमत तुहाडे कोल आ गया। लोकां ने पूरा, मैं लोकां दा इस गल्लों सत्कार करदा कि लोकां ने फतवा बदला नूं दित्ता। ਜਿਹੜੇ ਲੋਕ ਦੋ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਸੀਗੇ, ਉਹਨਾਂ ਨੇ ਲੋਕਾਂ ਨੂੰ ਕੋਈ ਰਾਹ, ਚੌਥਾ ਰਾਹ ਲੋਕਾਂ ਕੋਲ ਹੈ ਨਹੀਂ ਸੀ। ਲੋਕਾਂ ਨੇ ਇੱਕ ਰਾਹ ਚੁਣਿਆ ਅਤੇ ਉਹ ਬਦਲਾਅ ਲਈ ਲੋਕਾਂ ਨੇ ਵੋਟ ਕੀਤੀ ਹੈ, ਪੰਜਾਬ ਦੀ ਬਿਹਤਰੀ ਲਈ, ਆਉਣ ਵਾਲੇ ਚੰਗੇ ਭਵਿੱਖ ਦੇ ਲਈ। ਹੁਣ ਮੈਂ ਉਮੀਦ ਕਰਦਾ, ਆਸ ਰੱਖਦਾ ਕਿ ਭਗਵੰਤ ਮਾਨ ਜਦੋਂ ਸਹੁੰ ਚੱਕਦਾ, ਜਿਵੇਂ ਮੈਂ ਅੱਜ ਉਹਨਾਂ ਦਾ ਭਾਸ਼ਣ ਸੁਣ ਰਿਹਾ ਸੀਗਾ, ਉਹਨਾਂ ਨੇ ਕਿਹਾ ਕਿ ਇੱਕ ਮਹੀਨੇ ਦੇ ਵਿੱਚ ਤੁਸੀਂ ਬਦਲਾਅ ਦੇਖੋਗੇ। ਸਮਾਨ ਸਾਹਿਬ ਤੁਹਾਡੇ ਅੱਗੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ, ਜਿਹੜੇ ਪੰਜਾਬ ਦੇ ਮਸਲੇ ਨੇ, ਉਹਨਾਂ ਨੂੰ ਤਰਜੀਹ ਦਿਓ, ਪਹਿਲ ਰੱਖਿਓ ਉਹਨਾਂ ਦੇ ਉੱਤੇ। ਕਿਉਂਕਿ ਸਭ ਤੋਂ ਵੱਡਾ ਜਿਹੜਾ ਮਸਲਾ ਮੈਂ ਦੇਖਦਾ ਕਿ ਆਉਣ ਵਾਲਾ ਜਦੋਂ ਤੁਹਾਡਾ ਪਹਿਲਾ ਸੈਸ਼ਨ ਆਉਣਾ ਹੈ, ਜਿਹੜਾ ਭਾਖੜਾ ਬਿਆਸ ਪ੍ਰਬੰਧ ਬੋਰਡ ਹੈ, ਕੀ ਤੁਹਾਡੀ ਸਰਕਾਰ, ਮੈਂ ਚਾਹੁੰਦਾ ਕਿ ਉਹਦੇ 'ਤੇ ਮਤਾ ਲੈ ਕੇ ਆਵੇ ਅਤੇ ਸੈਂਟਰ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹੇ। ਪੰਜਾਬ ਦੇ ਲੋਕ ਤੁਹਾਡੇ ਨਾਲ ਖੜਨਗੇ। ਰਾਜਧਾਨੀ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਜਿਹੜੇ ਸਾਡੇ ਹੱਕ ਖੋਹੇ ਜਾ ਰਹੇ ਨੇ, ਉਹਦੇ ਖਿਲਾਫ਼ ਵੀ ਮੈਂ ਕਹਿਣਾ ਕਿ ਤੁਹਾਨੂੰ ਇੱਥੇ ਵੀ ਮੋਰਚਾ ਖੋਲ੍ਹਣਾ ਚਾਹੀਦਾ ਕਿ ਚੰਡੀਗੜ੍ਹ ਪੰਜਾਬ ਦਾ ਜੋ 60-40 ਦੀ ਰੇਸ਼ੋ ਸਾਡੀ ਹੈਗੀ ਆ, ਉਹਦੇ ਹਿਸਾਬ ਨਾਲ ਪੰਜਾਬ ਦੇ ਜਿੰਨੇ ਹੱਕ ਬਣਦੇ ਚੰਡੀਗੜ੍ਹ 'ਤੇ, ਉਹਦੇ ਉੱਤੇ ਤੁਸੀਂ ਕੰਮ ਕਰੋਗੇ। ਪੰਜਾਬੀ ਮਾਂ ਬੋਲੀ ਦੀ ਗੱਲ ਕਰਨਾ ਚਾਹੁੰਦਾ, ਅੱਜ ਹੀ ਤੁਹਾਡੇ ਕੋਲ ਮੈਂ ਮੰਗ ਰੱਖ ਦਿੰਦਾ, ਕਿਉਂਕਿ ਅੱਜ ਵਾਲੀ ਮੇਰੀ ਗੱਲ ਤੁਹਾਡੇ ਕੋਲ ਪਹੁੰਚ ਜਾਣੀ ਆ ਕਿ ਜਿਹੜਾ ਪੰਜਾਬੀ ਮਾਂ ਬੋਲੀ ਦਾ ਮਸਲਾ, ਚਾਹੇ ਬੋਰਡ ਹੋਣ, ਚਾਹੇ ਦੁਕਾਨਾਂ ਦੇ ਬੋਰਡ ਹੋਣ, ਚਾਹੇ ਸੜਕਾਂ ਦੇ ਬੋਰਡ ਹੋਣ, ਚਾਹੇ ਜਿਹੜਾ ਕੰਮ ਕਾਰ ਅਦਾਲਤਾਂ ਦਾ ਹੋਵੇ, ਉਹ ਵੀ ਸਾਡਾ ਪੰਜਾਬੀ 'ਚ ਹੋਣਾ ਚਾਹੀਦਾ। ਇਹਦੇ ਉੱਤੇ ਵੀ ਤੁਹਾਡੀ ਸਰਕਾਰ, ਦੇਖੋ ਹਾਈ ਕੋਰਟ ਨੇ ਇਹ ਤੈਅ ਕਰਤਾ ਕਿ ਪੰਜਾਬ ਸਰਕਾਰ ਸਾਨੂੰ ਮੁਲਾਜ਼ਮ ਦੇ ਰਹੇ ਜਿਹੜਾ ਪੰਜਾਬੀ ਦੇ ਹੋਣ, ਅਸੀਂ ਜਿਹੜਾ ਸਾਰੀਆਂ ਹੇਠਲੀਆਂ ਅਦਾਲਤਾਂ ਦਾ ਕੰਮ ਆ ਉਹ ਪੰਜਾਬੀ 'ਚ ਕਰਨ ਨੂੰ ਤਿਆਰ ਹੈ। 2009 ਦਾ ਜਿਹੜਾ ਹਾਈ ਕੋਰਟ ਦਾ ਫੈਸਲਾ ਆ ਚੁੱਕਿਆ, ਅਸੀਂ ਇਹ ਵੀ ਕਹਿੰਦੇ ਹਾਂ। ਇਹ ਤੋਂ ਇਲਾਵਾ ਜਿਹੜਾ ਵੱਡਾ ਮੁੱਦਾ ਅਗਲਾ ਹੈਗਾ, ਮੈਂ ਕਹਿੰਦਾ ਕਿ ਨਸ਼ਾ ਜਿਹੜਾ, ਕਿ ਕਿਵੇਂ ਸਾਡੀ ਜਵਾਨੀ ਪੰਜਾਬ ਦੀ ਮਰ ਰਹੀ ਹੈ, ਇਹ ਸਭ ਤੋਂ ਅਹਿਮ ਮੁੱਦੇ ਨੇ। ਅਤੇ ਪ੍ਰਵਾਸ ਕਿਵੇਂ ਰੋਕਣਾ, ਬਾਹਰ ਨੂੰ ਭੱਜ ਰਹੀ ਜਵਾਨੀ ਨੂੰ ਇੱਥੇ ਕਿਵੇਂ ਅਸੀਂ ਸਾਂਭਣਾ, ਇਹ ਉਹ ਸਾਰੇ ਅਹਿਮ ਮੁੱਦਿਆਂ ਦੇ ਉੱਤੇ ਅੱਜ ਮੈਂ ਗੱਲ ਕੀਤੀ ਹੈ ਕਿ ਜਿਹੜੇ ਮੁੱਦੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ, ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਆ, ਉਹਨੂੰ ਪਹਿਲ ਦੇ ਆਧਾਰ 'ਤੇ ਚੱਕਣੇ ਚਾਹੀਦੇ ਅਤੇ ਪਹਿਲ ਦੇ ਆਧਾਰ 'ਤੇ ਹੀ ਹੱਲ ਕਰਨੇ ਚਾਹੀਦੇ ਆ। ਬਾਕੀ ਮੈਂ ਪੰਜਾਬ ਦੇ ਲੋਕਾਂ ਨੂੰ ਇੰਨਾ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਜਿੰਨੇ ਪੰਜਾਬ ਦੇ ਮਸਲੇ ਨੇ, ਜਿਹੜਾ ਸੈਂਟਰ ਸਾਡੇ ਖਿਲਾਫ਼ ਕੋਈ ਹੁਣ ਫਤਵੇ ਲੈ ਕੇ ਆਊਗਾ, ਸੈਂਟਰ ਸਾਡੇ ਖਿਲਾਫ਼ ਜਿੰਨੇ ਨਵੇਂ ਕਾਲੇ ਕਾਨੂੰਨ ਲੈ ਕੇ ਆਊਗਾ, ਉਹਦੇ ਖਿਲਾਫ਼ ਪੰਜਾਬ ਦੇ ਲੋਕੋ ਤਿਆਰ ਰਹੋ, ਲੜਾਈ ਸਾਨੂੰ ਲੜਨੀ ਪੈਣੀ ਆ। ਸੋ ਇਸ ਕਰਕੇ ਇਹ ਤੋਂ ਇਲਾਵਾ ਕੋਈ ਭਾਣੇ ਗੱਲਾਂ ਬੋਲਣੀ ਚਾਹੋ? ਗੱਲ ਇਹੀ ਆ ਵੀ ਅਸੀਂ ਤਾਂ ਸੰਘਰਸ਼ਾਂ ਦਾ ਰਾਹ ਚੁਣਿਆ ਹੋਇਆ, ਬਾਈ ਦੇ ਨਾਲ ਲੱਗੇ ਹੋਏ ਹਾਂ, ਸਾਰੇ ਜਾਣੇ ਸਾਰੇ ਭਰਾ ਖੜੇ ਨੇਗੇ, ਅਸੀਂ ਤਾਂ ਸੰਘਰਸ਼ਾਂ ਵਿੱਚ ਕਰੂ ਕਰਦੇ ਰਹਾਂਗੇ। ਬੇਸ਼ੱਕ ਕਿਸੇ ਦੀ ਵੀ ਸਰਕਾਰ ਆਵੇ, ਕਿਸੇ ਦੀ ਸਰਕਾਰ ਆਉਣੀ ਜਾਣੀ ਆ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਪੰਜਾਬ ਦੇ ਜਿਹੜੇ ਮੁੱਦੇ ਨੇਗੇ, ਬਾਈ ਦੇ ਨਾਲ ਨਿਧੜਕ ਹੋ ਕੇ ਚੱਕਦੇ ਰਹਾਂਗੇ। ਪਾਣੀਆਂ ਦਾ ਮੁੱਦਾ ਹੋਇਆ, ਹੋਰ ਜਿਹੜੇ ਮੁੱਦੇ ਨੇ, ਨਸ਼ੇ ਦੇ ਮੁੱਦੇ ਨੇਗੇ, ਉਹ ਮੁੱਦਿਆਂ 'ਤੇ ਉਵੇਂ ਜਿਕਰੂ ਲੜਦੇ ਰਹਾਂਗੇ। ਇਸ ਕਰਕੇ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੇ ਹਾਂ ਲੋਕਾਂ ਨੂੰ, ਅਕਾਲੀ, ਕਾਂਗਰਸੀ, ਆਮ ਆਦਮੀ ਪਾਰਟੀ ਪਿੱਛੇ ਆਪਾਂ ਬੜੇ ਫਟੇ ਹੋਏ ਸੀਗੇ, ਹੁਣ ਇਕੱਠੇ ਹੋ ਕੇ ਜਿਹੜਾ ਪੰਜਾਬ ਦੇ ਲਈ, ਉਵੇਂ ਵੀ ਜਿਹੜੀ MSP ਦੀ ਵੀ ਸਭ ਤੋਂ ਵੱਡੀ ਜਿਹੜੀ ਲੜਾਈ ਆ, ਉਹ ਵੀ ਲੜਨੀ ਪੈਣੀ ਆ ਪੰਜਾਬ ਨੂੰ। ਭਗਵੰਤ ਬਾਈ ਨੂੰ ਵੀ ਕਹਿਣੇ ਆ ਵੀ ਸਭ ਤੋਂ ਵੱਡਾ ਜਿਹੜਾ ਮਸਲਾ ਪੰਜਾਬ ਦਾ MSP ਦਾ, ਤਿੰਨੇ ਕਾਲੇ ਕਾਨੂੰਨ ਤਾਂ ਖਾਰਜ ਕਰਾ ਲਏ ਸੀਗੇ, ਜਿਹੜਾ ਸਭ ਤੋਂ ਵੱਡਾ MSP ਦਾ ਮਸਲਾ, ਉਹ 'ਤੇ ਵੀ ਆਪਾਂ ਇਕੱਠੇ ਹੋ ਕੇ ਲੜੀਏ। ਅਤੇ ਸਭ ਤੋਂ ਵੱਡੀ ਗੱਲ ਆ ਕਿ ਹੁਣ ਭਗਵੰਤ ਮਾਨ ਕੋਲ ਬਹੁਮਤ ਹੈ, ਪਹਿਲਾਂ ਤਾਂ ਸਰਕਾਰ ਤੋਂ ਉਮੀਦ ਕਰਾਂਗੇ ਵੀ ਸਰਕਾਰ ਉਹ MSP ਵਾਲੇ ਮਸਲੇ 'ਤੇ ਕੀ ਸਟੈਂਡ ਲੈਂਦੀ ਹੈ, ਇਸ ਤੋਂ ਬਾਅਦ ਸਾਨੂੰ ਤਾਂ ਲੜਨ ਲਈ ਤਿਆਰ ਰਹਿਣਾ ਹੀ ਪੈਣਾ, ਹੈ ਨਾ ਬਾਈ? ਚਲੋ ਮੈਂ ਇਹ ਅਖੀਰ 'ਤੇ ਕਹਿਣਾ ਚਾਹੁੰਦਾ, ਲੋਕਾਂ ਨੇ ਪੰਜਾਬ ਦੇ ਉੱਜਲ ਭਵਿੱਖ ਦੇ ਲਈ, ਸੁਨਹਿਰੇ ਭਵਿੱਖ ਦੇ ਲਈ ਤੁਹਾਨੂੰ ਵੋਟ ਦਿੱਤੀ ਆ, ਔਰ ਮੈਨੂੰ ਲੱਗਦਾ ਕਿ ਰਿਕਾਰਡ ਆ ਇਹ, 66 ਤੋਂ ਬਾਅਦ ਰਿਕਾਰਡ ਹੈ ਪੰਜਾਬ ਦੇ ਵਿੱਚ
कि इन्ना बहुमत किसी पार्टी को मिले हो यदा हुण मान सन्मान तुसीं करना है। तो मैं चाहुंदा आस रखदा तुहाडे कोलों कि आने वाले समय दे विच पंजाब दे लोकां नूं तुहाडे कोलों चंगीआं चंगे जिहड़े नीतियां ने चंगीआं जिहड़ियां पॉलिसीआं ने वो तुहाडे कोल देखण नूं मिलणगीआं। तो पंजाब दे लोक वोट पा के भी तुहानूं माण महसूस करनगे कि ठीक है यार किसी ने वोट पाई है। पर इस गल दे उत्ते जो तुसीं वादे कीते आ जां जो अज पंजाब दे मसले ने जिन्हां उत्ते अज गौर करन दी लोड़ आ जां कम करन दी लोड़ आ उन्हां दे उत्ते निठ के कम करो, ईमानदारी नाल कम करो, ਦਿਆਨਤਦਾਰੀ ਦੇ ਨਾਲ ਕੰਮ ਕਰਿਓ ਤਾਂ ਕਿ ਪੰਜਾਬ ਦੁਬਾਰਾ ਪੈਰਾਂ 'ਤੇ ਖੜਾ ਹੋ ਸਕੇ। ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।